ਸ਼ੀਕਾਲ ਵੀਰੋ ਮੈਂ ਤੁਹਾਡਾ ਆਪਣਾ ਆਰਨੇਤ ਸੋ ਆਪਣੇ ਮੁਲਕ ਦੇ ਲਈ ਜੋ ਬਾਰਡਰ ਦੇ ਉੱਤੇ ਫੌਜੀ ਭਰਾ ਸ਼ਹੀਦ ਹੋਏ ਸੀ ਉਹਨਾਂ ਦੇ ਦਰਦ ਬਣਾਉਣ ਦੇ ਲਈ ਮੈਂ ਕੁਝ ਲਾਈਨਾਂ ਲਿਖੀਆਂ ਨੇ। ਇੱਕ ਸ਼ਹੀਦ ਫੌਜੀ ਦੀ ਆਤਮਾ ਸਰਕਾਰ ਦੇ ਨਾਲ ਗੱਲਾਂ ਕਰਦੀ ਹੈ, ਕੱਲੀ ਕੱਲੀ ਗੱਲ ਧਿਆਨ ਦੇ ਨਾਲ ਸੁਣਿਓ। ਹਾਏ ਅਸੀਂ ਲੈ ਕੇ ਸਰਕਾਰੇ ਨਹੀਂ ਉਮੀਦ ਬੋਲਦੇ, ਦੇਸ਼ ਲਈ ਹੋਏ ਜੋ ਸ਼ਹੀਦ ਬੋਲਦੇ। ਹਾਏ ਬੂਹੇ ਬਹਿ ਕੇ ਡੀਕਦੀ ਹੁੰਦੀ ਸੀਮਾ ਸਾਡੀ, ਕਿਤੇ ਸਾਡੇ ਜਾਣ ਪਿੱਛੋਂ ਉਹ ਚੁੱਪ ਨਾ ਹੋਵੇ। ਬਸ ਇੱਕੋ ਅਹਿਸਾਨ ਨੀ ਤੂੰ ਕਰੀ ਸਰਕਾਰੇ, ਹਾਏ ਪੁੱਤਾਂ ਦੀਆਂ ਕੁਰਬਾਨੀਆਂ ਦਾ ਦੁੱਖ ਨਾ ਹੋਵੇ। ਉਹ ਬਸ ਇੱਕੋ ਅਹਿਸਾਨ ਨੀ ਤੂੰ ਕਰੀ ਸਰਕਾਰੇ, ਉਹ ਪੁੱਤਾਂ ਦੀਆਂ ਕੁਰਬਾਨੀਆਂ ਦਾ ਦੁੱਖ ਨਾ ਹੋਵੇ। ਹਾਏ ਵੇਖਿਓ ਕਿਤੇ ਲਿਖ ਦਿਓ ਨਾ ਕਿਸਮਤ ਮਾੜੀ ਵੇ, ਸਾਡੇ ਜਾਣ ਪਿੱਛੋਂ ਬੱਚੇ ਸਾਡੇ ਜਾਣ ਨਾ ਦਿਹਾੜੀ ਤੇ। ਹਾਏ ਚੂੜੇ ਵਾਲੀ ਰੋ ਰੋ ਕੇ ਬੁਰਾ ਹਾਲ ਕਰੂ ਮੇਰਾ, ਉਹਦੀਆਂ ਅੱਖਾਂ ਦੇ ਸਾਹਮਣੇ ਬੁੱਤ ਨਾ ਹੋਵੇ। ਬਸ ਇੱਕੋ ਅਹਿਸਾਨ ਨੀ ਤੂੰ ਕਰੀ ਸਰਕਾਰੇ, ਹਾਏ ਪੁੱਤਾਂ ਦੀਆਂ ਕੁਰਬਾਨੀਆਂ ਦਾ ਦੁੱਖ ਨਾ ਹੋਵੇ। ਹਾਏ ਖੋਰੇ ਕਿਹੜਾ ਹੱਕੇ ਕਦੋਂ ਬਦਲੂਗਾ ਰੂ, ਹਾਏ ਮੁਲਕ ਮੇਰੇ ਦੇ ਮੌਲਾ ਕੈਸੇ ਨੇ ਅਸੂ। ਹਾਏ ਲਿਪਟ ਤਰੰਗੇ ਵਿੱਚ ਲਾਸ਼ ਜੀ ਦੇ ਕਰੇ ਆਉਂਦੀ ਸੱਚੀ, ਉਹਨਾਂ ਦੇ ਤਾਂ ਘਰਾਂ ਵਿੱਚ ਛਾਵਾਂ ਪੈ ਗਈਆਂ। ਉਹ ਜਦੋਂ ਚੌਕੇ ਛੱਕੇ ਲੱਗਦੇ ਨੇ ਮਿਲਦੇ ਕਰੋੜਾਂ ਹੋ ਗਏ, ਜ਼ਿੰਦਗੀ ਚੋਂ ਆਊਟ ਤਾਂ ਸਲਾਮਾਂ ਰਹਿ ਗਈਆਂ। ਉਹ ਜਦੋਂ ਚੌਕੇ ਛੱਕੇ ਲੱਗਦੇ ਤਾਂ ਮਿਲਦੇ ਕਰੋੜਾਂ ਹੋ ਗਏ, ਜ਼ਿੰਦਗੀ ਚੋਂ ਆਊਟ ਤਾਂ ਸਲਾਮਾਂ ਰਹਿ ਗਈਆਂ। ਸੋ ਵੀਰੋ ਇੱਥੋਂ ਲਿਖਿਆ ਅਤੇ ਇੱਥੋਂ ਹੀ ਗਾਇਆ, ਅਤੇ ਇਹੀ ਰਿਕੁਐਸਟ ਹੈ ਵੀ ਤੁਸੀਂ ਸ਼ੇਅਰ ਵੀ ਇੱਥੋਂ ਹੀ ਕਰਨਾ। ਸੋ ਥੈਂਕ ਯੂ, ਲਵ ਯੂ ਆਲ, ਜਾਂਦੇ ਰਹੋ, ਵਸਦੇ ਰਹੋ।